ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਦੇਖੋ ਚੋਰੀ ਦੀਆਂ 8 ਗੱਡੀਆਂ ਦੇ ਨਾਲ ਲੁਧਿਆਣਾ ਪੁਲਿਸ ਨੇ ਕਿੱਦਾਂ ਕੀਤਾ ਕਾਰ ਚੋਰ ਗਿਰੋਹ ਦਾ ਭਾਂਡਾ ਫੋੜ। ਕੋਲੋਂ ਅਸੀਂ 9 ਗੱਡੀਆਂ ਰਿਕਵਰ ਕੀਤੀਆਂ ਜੋ ਕਿ ਇਹਨਾਂ ਨੇ ਵੱਖ ਵੱਖ ਥਾਵਾਂ ਤੋਂ ਚੋਰੀ ਕੀਤੀਆਂ ਸਨ। ਇਹਨਾਂ ਨੇ ਆਪਣੀ ਪੁੱਛਗਿੱਛ ਦੇ ਵਿੱਚ ਮੰਨਿਆ ਹੈ ਕਿ ਇਹ ਆਪਣੇ ਐਕਟਿਵਾ ਗੱਡੀ ਦੇ ਉੱਪਰ ਜਾ ਕੇ ਪਹਿਲਾਂ ਰੈਕੀ ਕਰਦੇ ਸੀ ਏਰੀਏ ਦੀ, ਜੋ ਵੀ ਕੋਈ ਗੱਡੀ ਘਰ ਦੇ ਬਾਹਰ ਲਾਵਾ ਰਿਸਟੋਰ 'ਤੇ ਕੋਈ ਖੜ੍ਹੀ ਹੁੰਦੀ ਸੀ ਉਹ ਇਹ ਆਪਣੀ ਡੁਪਲੀਕੇਟ ਚਾਬੀ ਦੇ ਥਰੂ ਖੋਲ੍ਹ ਕੇ ਉਹਨੂੰ ਲੈ ਜਾਂਦੇ ਸੀ। ਗੱਡੀ ਚੋਰੀ ਕਰਨ ਤੋਂ ਬਾਅਦ ਉਸਨੂੰ ਕਿਸੇ ਜਗ੍ਹਾ 'ਤੇ ਪਾਰਕਿੰਗ ਏਰੀਏ ਦੇ ਵਿੱਚ ਜਾਂ ਕਿਸੇ ਵੀ ਕਾਮਨ ਏਰੀਏ ਦੇ ਵਿੱਚ ਖੜ੍ਹੀ ਕਰ ਦਿੰਦੇ ਸੀ ਐਂਡ ਉਹਦਾ ਗ੍ਰਾਸ ਉਹਦਾ ਲੱਭ ਕੇ ਉਸਨੂੰ ਵੇਚ ਦਿੰਦੇ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਪਿਆਰੇ ਤੋਂ ਸਭਾ ਖੂਬੀ ਜਾਣਦੇ ਹੋ ਪੂਰੇ ਪੰਜਾਬ ਦੇ ਵਿੱਚ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਨੇ ਅਤੇ ਇਸ ਦੇ ਵਿੱਚ ਹੀ ਕਾਰ ਚੋਰ ਵੀ ਬਹੁਤ ਸਰਗਰਮ ਨੇ, ਪਰ ਪੁਲਿਸ ਦਿਨ ਰਾਤ ਮਿਹਨਤ ਕਰ ਰਹੀ ਹੈ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਹਨਾਂ ਘਟੀਆ ਕਰਿੰਦਿਆਂ, ਨਸ਼ੇੜੀ ਤਸਕਰਾਂ ਅਤੇ ਚੋਰਾਂ ਉਚੱਕਿਆਂ ਨੂੰ ਨੱਥ ਪਾਉਣ ਲਈ ਹਾਲ ਹੀ ਦੇ ਵਿੱਚ ਲੁਧਿਆਣਾ ਪੁਲਿਸ ਨੇ ਇੱਕ ਕਾਰ ਚੋਰ ਗਿਰੋਹ ਦਾ ਭਾਂਡਾ ਫੋੜ ਕੀਤਾ ਹੈ ਅਤੇ 4 ਆਰੋਪੀ ਧਰ ਦਬੋਚੇ ਨੇ ਜਿਨ੍ਹਾਂ ਦੇ ਕੋਲੋਂ 8 ਗੱਡੀਆਂ ਬਰਾਮਦ ਕੀਤੀਆਂ ਗਈਆਂ ਨੇ। ਤੁਹਾਨੂੰ ਦੱਸ ਦਈਏ ਕਿ ਇਹਨਾਂ ਆਰੋਪੀਆਂ ਨੇ ਬਹੁਤਾਤ ਗੱਡੀਆਂ ਮੋਹਾਲੀ ਅਤੇ ਲੁਧਿਆਣਾ ਤੋਂ ਹੀ ਚੋਰੀ ਕੀਤੀਆਂ ਸਨ। ਪੁਲਿਸ ਦੇ ਮੁਤਾਬਕ ਆਰੋਪੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਐਕਟਿਵਾ 'ਤੇ ਪੂਰੀ ਤਰ੍ਹਾਂ ਨਾਲ ਰੇਕੀ ਕਰਿਆ ਕਰਦੇ ਸਨ ਅਤੇ ਜੋ ਬਾਅਦ ਵਿੱਚ ਘਰਾਂ ਦੇ ਬਾਹਰ ਖੜ੍ਹੀਆਂ ਹੋਈਆਂ ਪੁਰਾਣੀਆਂ ਗੱਡੀਆਂ ਨੂੰ ਡੁਪਲੀਕੇਟ ਚਾਬੀ ਦੇ ਜ਼ਰੀਏ ਖੋਲ੍ਹ ਚੋਰੀ ਕਰ ਲੈਂਦੇ ਸਨ ਅਤੇ ਬਾਅਦ ਵਿੱਚ ਇਹਨਾਂ ਗੱਡੀਆਂ ਵਾਸਤੇ ਗਾਹਕ ਲੱਭ ਉਹਨਾਂ ਨੂੰ ਵੇਚ ਦਿੰਦੇ ਸੀ। ਅਤੇ ਜੇਕਰ ਕੋਈ ਗਾਹਕ ਨਹੀਂ ਸੀ ਲੱਭਦਾ ਤਾਂ ਫਿਰ ਕਬਾੜੀਏ ਤਾਂ ਕਿਤੇ ਗਏ ਹੀ ਨਹੀਂ, ਕਬਾੜ ਬਾਜ਼ਾਰ ਵਿੱਚ ਇਹ ਗੱਡੀਆਂ ਵਿਕ ਜਾਂਦੀਆਂ ਸਨ। ਇਹਨਾਂ 4 ਹੀ ਆਰੋਪੀਆਂ ਨੂੰ ਤੱਤ ਬੋਝ ਕੇ ਅੱਗੇ ਦੀ ਜਾਂਚ ਜਾਰੀ ਹੈ ਕਿ ਇਹਨਾਂ ਆਰੋਪੀਆਂ ਨੇ ਹੋਰ ਕਿੱਥੋਂ ਕਿੱਥੋਂ ਅਤੇ ਕਿੰਨੀਆਂ ਗੱਡੀਆਂ ਹੁਣ ਤੱਕ ਵੇਚੀਆਂ ਨੇ। ਸਰਾਬਾ ਨਗਰ ਪੁਲਿਸ ਲੁਧਿਆਣਾ ਨੇ ਇੱਕ ਬਹੁਤ ਵੱਡੀ ਸਫਲਤਾ ਹਾਸਿਲ ਕੀਤੀ ਹੈ ਜਿਹਦੇ ਵਿੱਚ ਅਸੀਂ 4 ਮੈਂਬਰ ਇਹਨਾਂ ਕੋਲੋਂ ਅਸੀਂ 9 ਗੱਡੀਆਂ ਰਿਕਵਰ ਕੀਤੀਆਂ ਜੋ ਕਿ ਇਹਨਾਂ ਨੇ ਵੱਖ ਵੱਖ ਥਾਵਾਂ ਤੋਂ ਚੋਰੀ ਕੀਤੀਆਂ ਸਨ। ਇਹਨਾਂ ਨੇ ਆਪਣੀ ਪੁੱਛਗਿੱਛ ਦੇ ਵਿੱਚ ਮੰਨਿਆ ਹੈ ਕਿ ਇਹ ਆਪਣੇ ਐਕਟਿਵਾ ਗੱਡੀ ਦੇ ਉੱਪਰ ਜਾ ਕੇ ਪਹਿਲਾਂ ਰੈਕੀ ਕਰਦੇ ਸੀ ਏਰੀਏ ਦੀ, ਜੋ ਵੀ ਕੋਈ ਗੱਡੀ ਘਰ ਦੇ ਬਾਹਰ ਲਾਵਾ ਰਿਸਟੋਰ 'ਤੇ ਕੋਈ ਖੜ੍ਹੀ ਹੁੰਦੀ ਸੀ ਉਹ ਇਹ ਆਪਣੀ ਡੁਪਲੀਕੇਟ ਚਾਬੀ ਦੇ ਥਰੂ ਖੋਲ੍ਹ ਕੇ ਉਹਨੂੰ ਲੈ ਜਾਂਦੇ ਸੀ ਐਂਡ ਗੱਡੀ ਚੋਰੀ ਕਰਨ ਤੋਂ ਬਾਅਦ ਉਸਨੂੰ ਕਿਸੇ ਜਗ੍ਹਾ 'ਤੇ ਪਾਰਕਿੰਗ ਏਰੀਏ ਦੇ ਵਿੱਚ ਜਾਂ ਕਿਸੇ ਵੀ ਕਾਮਨ ਏਰੀਏ ਦੇ ਵਿੱਚ ਖੜ੍ਹੀ ਕਰ ਦਿੰਦੇ ਸੀ ਐਂਡ ਉਹਦਾ ਗ੍ਰਾਸ ਉਹਦਾ ਲੱਭ ਕੇ ਉਸਨੂੰ ਵੇਚ ਦਿੰਦੇ ਸੀ। ਇਹਨਾਂ ਨੇ ਪਹਿਲਾਂ ਵੀ ਔਰ 5-6 ਗੱਡੀਆਂ ਔਰ ਵੀ ਚੋਰੀ ਕੀਤੀਆਂ ਸੀਗੀਆਂ ਜਿਹੜੇ ਕਿ ਓਰੀਜਨਲ ਮਾਲਕ ਨੇ ਉਹ ਲੱਭ ਲਈ ਸੀਗੀਆਂ, ਉਹਨਾਂ ਦਾ ਰਿਕਾਰਡ ਇਹਨਾਂ ਤੋਂ ਨਹੀਂ ਮਿਲ ਪਾਇਆ ਅਤੇ ਟੋਟਲ 9 ਗੱਡੀਆਂ ਪੁਲਿਸ ਨੇ ਰਿਕਵਰ ਕੀਤੀਆਂ। ਇਹ ਕੁਛ ਬੰਦਿਆਂ ਨੂੰ ਵੀ ਸੇਲ ਕਰਦੇ ਸੀ, ਕੁਛ ਕਬਾੜੀਆਂ ਨੂੰ ਇਹਨਾਂ ਨੇ ਸੇਲ ਕੀਤੀਆਂ ਹਨ। ਅਸੀਂ ਉਹਨਾਂ ਕਬਾੜੀਆਂ ਤੋਂ ਪੁੱਛਗਿੱਛ ਕਰ ਰਹੇ ਹਾਂ। ਸਰ ਕਿੰਨੀ ਦੇਰ ਤੋਂ ਕਰ ਰਹੇ ਜੀ ਕੰਮ? ਇਹ ਪਿਛਲੇ 2-3 ਮਹੀਨੇ ਤੋਂ ਇਸ ਕੰਮ ਦੇ ਵਿੱਚ ਲੱਗੇ ਹੋਏ ਸੀ। 2-3 ਮਹੀਨਿਆਂ ਦੇ ਵਿੱਚ ਹੀ ਇਹਨਾਂ ਨੇ ਕਾਫੀ ਟਾਰਗੇਟ ਇਹ ਪੁਰਾਣੀ ਗੱਡੀਆਂ ਨੂੰ ਜ਼ਿਆਦਾ ਕਰਦੇ ਸੀ ਕਿਉਂਕਿ ਉਹ ਇਹਨਾਂ ਦੀ ਮਾਸਟਰ ਕੀ ਦੇ ਥਰੂ ਜਲਦੀ ਖੁੱਲ ਜਾਂਦੀ ਸੀਗੀ। ਇਹਨਾਂ ਨੇ ਟੋਟਲ 14 ਗੱਡੀਆਂ ਚੋਰੀ ਕਰਨੀਆਂ ਮੰਨੀਆਂ। 14 ਦੇ ਵਿੱਚੋਂ 5 ਗੱਡੀਆਂ ਤਾਂ ਓਰੀਜਨਲ ਮਾਲਕ ਨੂੰ ਰਿਕਵਰ ਹੋ ਗਈਆਂ ਕਿਉਂਕਿ ਇਹਨਾਂ ਨੇ ਉਹ ਪਾਰਕਿੰਗ ਵਗੈਰਾ ਦੇ ਵਿੱਚ ਖੜੀ ਕੀਤੀ ਸੀਗੀਆਂ ਐਂਡ ਜਿਹੜੀ 9 ਗੱਡੀਆਂ ਅਸੀਂ ਰਿਕਵਰ ਕਰ ਲਈਆਂ ਐਂਡ ਉਹਨਾਂ ਦੇ ਵਿੱਚੋਂ 4 ਗੱਡੀਆਂ ਲੁਧਿਆਣੇ ਦੀ ਅਸੀਂ ਵੱਖ ਵੱਖ ਥਾਵਾਂ ਦੇ ਵਿੱਚ ਥਾਣਿਆਂ ਦੇ ਵਿੱਚ FIR ਦਰਜ ਹਨ
ਉਹ ਰਿਕਵਰ ਹੋਈਆਂ ਅਤੇ 4 ਗੱਡੀਆਂ ਆਪਣੀ ਮੋਹਾਲੀ ਚੰਡੀਗੜ੍ਹ ਏਰੀਏ ਦੇ ਵਿੱਚ ਉਸ ਏਰੀਏ ਤੋਂ ਚੋਰੀ ਕੀਤੀਆਂ। ਸਰ, ਇਹਨਾਂ ਨਾਲ ਪੁੱਛਤਾਛ ਦੇ ਦੌਰਾਨ ਇਹਨਾਂ ਨੂੰ ਤੁਸੀਂ ਕੁਛ ਚੋਰੀ ਦੇ ਰਿਗਾਰਡਿੰਗ ਵੀ ਇਹਨਾਂ ਨੂੰ ਕੁਛ ਪੁੱਛਿਆ ਸੀਗਾ ਅਤੇ ਉਹਨਾਂ ਨੇ ਕੁਛ ਜਵਾਬ ਦਿੱਤਾ? ਹਾਂ, ਇਹਨਾਂ ਨੂੰ ਅਸੀਂ ਪੁੱਛਿਆ ਸੀ ਕਿ ਗੱਡੀ ਕਿੰਨੀ ਕੁ ਟਾਈਮ ਲੱਗਦਾ ਸੀ ਤੁਹਾਨੂੰ ਚੋਰੀ ਕਰਨ ਦੇ ਵਿੱਚ, ਅਤੇ ਇਹਨਾਂ ਨੇ ਕਿਹਾ ਸੀ ਤਕਰੀਬਨ 1 ਮਿੰਟ ਦੇ ਅੰਦਰ ਹੀ ਇਹ ਗੱਡੀ ਨੂੰ ਚੋਰੀ ਕਰ ਲੈਂਦੇ ਸੀ। ਨਾਲੇ ਇਹਨਾਂ ਨੇ ਦੱਸਿਆ ਕਿ ਜੇ ਜਿਹੜੀ ਗੱਡੀ ਦੇ ਵਿੱਚ ਕੋਈ ਗੀਅਰ ਲੌਕ ਹੁੰਦਾ ਹੈ, ਗੀਅਰ ਕੋਈ ਲੌਕ ਵਗੈਰਾ ਹੋ ਜਾਂਦਾ ਹੈ, ਜੇ ਗੀਅਰ ਲੌਕ ਲੱਗਿਆ ਹੁੰਦਾ ਸੀ ਉਸ ਗੱਡੀ ਨੂੰ ਇਹ ਛੱਡ ਜਾਂਦੇ ਸੀ, ਕਿਉਂਕਿ ਗੀਅਰ ਲੌਕ ਨੂੰ ਤੋੜਨਾ ਬੜਾ ਔਖਾ ਹੁੰਦਾ ਹੈ। ਇਹ ਹਾਂ, ਤਕਰੀਬਨ ਅਸੀਂ ਪਤਾ ਕੀਤਾ ਤਾਂ ਤਕਰੀਬਨ 800-900 ਰੁਪਏ ਦਾ ਗੀਅਰ ਲੌਕ ਲੱਗ ਜਾਂਦਾ ਹੈ, ਅਤੇ ਜੋ ਵੀ ਗੱਡੀਆਂ ਖਾਸ ਕਰ ਬਾਹਰ ਆਪਣੇ ਘਰ ਦੇ ਬਾਹਰ ਪਬਲਿਕ ਖੜ੍ਹੀ ਕਰਦੀ ਹੈ, ਉਹਨਾਂ ਨੂੰ ਜੇ ਗੀਅਰ ਲੌਕ ਲਗਵਾ ਲਿਆ ਜਾਵੇ ਅੱਛੀ ਕੁਆਲਿਟੀ ਦਾ, ਕਿਉਂਕਿ 800-900 ਰੁਪਏ ਦੇ ਵਿੱਚ ਹੀ ਲੱਗ ਜਾਂਦਾ ਹੈ, ਅਤੇ ਇਹ ਗੱਡੀ ਚੋਰੀ ਹੋਣ ਤੋਂ ਕਾਫੀ ਬਚਾਅ ਹੋ ਸਕਦਾ। ਸਲਾਹ ਦਿੱਤੀ ਉਹਨਾਂ ਨੇ ਪੁਲਿਸ ਨੂੰ ਦੱਸਿਆ ਸਾਰਾ? ਨਹੀਂ, ਇਹ ਤਾਂ ਪਬਲਿਕ ਨੂੰ ਸਲਾਹ ਹੈ ਕਿ ਜੇ ਚੋਰੀ ਨੂੰ ਇਸ ਤਰੀਕੇ ਨਾਲ ਆਪਾਂ ਰੋਕ ਸਕਦੇ ਹਾਂ। ਹਾਂ, ਅਸੀਂ ਸਾਰੀ ਪਾਰਕਿੰਗਸ ਦੀ ਚੈਕਿੰਗ ਕਰਵਾ ਰਹੇ ਹਾਂ, ਜਿਹੜੀ ਵੀ ਪਾਰਕਿੰਗ ਦੇ ਵਿੱਚ ਗੱਡੀਆਂ ਜੋ ਵੀ ਜ਼ਿਆਦਾ ਟਾਈਮ ਤੋਂ ਖੜੀ ਹੋਈਆਂ 15-20 ਦਿਨਾਂ ਤੋਂ ਵੱਧ, ਅਤੇ ਅਸੀਂ ਉਹਨਾਂ ਸਾਰਿਆਂ ਨੂੰ ਰਿਕਵਰ ਕਰਕੇ ਉਹਨਾਂ ਦੇ ਓਰਿਜਨਲ ਮਾਲਿਕਸ ਨੂੰ ਕੰਟੈਕਟ ਕਰਾਂਗੇ। ਇਹਦੇ ਵਿੱਚ ਅਸੀਂ ਜਿਹੜੇ ਕਬਾੜੀ ਹੈ ਉਹਨਾਂ ਦੀ ਤਲਾਸ਼ ਕਰ ਰਹੇ ਹਾਂ ਜਿਹਨਾਂ ਨੂੰ ਇਹਨਾਂ ਨੇ ਕੁਛ ਗੱਡੀਆਂ ਵੇਚੀਆਂ। ਅਸੀਂ ਚੈੱਕ ਕਰ ਰਹੇ ਹਾਂ ਇਹਨਾਂ ਦੇ ਕਿ ਕਿਹੜੇ ਕਿਹੜੇ ਥਾਣੇ ਦੇ ਵਿੱਚ ਪਰਚੇ ਦਰਜ ਹਨ। ਗੁਰਪਿਆਰੇ, ਪੁਲਿਸ ਦੇ ਪ੍ਰਸ਼ਾਸਨ ਦਿਨ ਰਾਤ ਇੱਕ ਕਰਕੇ ਚੋਰੂ ਚੱਕਿਆਂ ਉੱਤੇ ਨੱਥ ਪਾਣ ਕੇ ਜੁਟਿਆ ਹੋਇਆ ਆਮ ਨਾਗਰਿਕਾਂ ਦਾ ਵੀ ਫਰਜ਼ ਬਣਦਾ ਹੈ। ਜੇਕਰ ਸਾਨੂੰ ਕੋਈ ਵੀ ਇਨਸਾਨ ਸ਼ੱਕੀ ਜਾਪਦਾ ਜਾਂ ਕਿਸੇ ਦੀਆਂ ਵੀ ਗਤੀਵਿਧੀਆਂ ਸ਼ੱਕੀ ਲੱਗਦੀਆਂ ਨੇ ਤਾਂ ਅਸੀਂ ਪੁਲਿਸ ਅਤੇ ਪ੍ਰਸ਼ਾਸਨ ਦੇ ਨਾਲ ਉਸ ਦੀ ਜਾਣਕਾਰੀ ਜ਼ਰੂਰ ਸਾਂਝੀ ਕਰੀਏ। ਜੇਕਰ ਅਸੀਂ ਕਿਸੇ ਨਸ਼ਾ ਤਸਕਰ ਬਾਰੇ ਕੋਈ ਵੀ ਜਾਣਕਾਰੀ ਰੱਖਦੇ ਹਾਂ ਜਾਂ ਅਜਿਹੇ ਕਰਿੰਦੇ ਬਾਰੇ ਕੋਈ ਵੀ ਜਾਣਕਾਰੀ ਰੱਖਦੇ ਹਾਂ ਜੋ ਪੰਜਾਬ ਦਾ ਮਾਹੌਲ ਖਰਾਬ ਕਰ ਸਕਦੇ ਹਾਂ, ਜੋ ਦੇਸ਼ ਵਿਰੋਧੀ ਗਤੀਵਿਧੀਆਂ ਦੇ ਵਿੱਚ ਜੁੜਿਆ ਹੋਇਆ ਹੈ, ਤਾਂ ਸਾਡਾ ਫਰਜ਼ ਬਣਦਾ ਹੈ ਨਾਗਰਿਕ ਹੋਣ ਦੇ ਨਾਤੇ ਕਿ ਅਸੀਂ ਪੁਲਿਸ ਅਤੇ ਪ੍ਰਸ਼ਾਸਨ ਦਾ ਜ਼ਰੂਰ ਸਾਥ ਦਈਏ ਅਤੇ ਅਜਿਹੀਆਂ ਜਾਣਕਾਰੀਆਂ ਉਹਨਾਂ ਦੇ ਨਾਲ ਜ਼ਰੂਰ ਸਾਂਝੀਆਂ ਕਰੀਏ, ਅਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਪੁਲਿਸ ਅਤੇ ਪ੍ਰਸ਼ਾਸਨ ਤੁਹਾਡੀ ਪਹਿਚਾਣ ਗੁਪਤ ਰੱਖੇ, ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਉਹ ਵੀ ਜ਼ਰੂਰ ਗੁਪਤ ਰੱਖੀ ਜਾਂਦੀ ਹੈ। ਉਮੀਦ ਕਰਦੇ ਹਾਂ ਤੁਸੀਂ ਵੀ ਆਪਣਾ ਬਣਦਾ ਫਰਜ਼ ਜ਼ਰੂਰ ਨਿਭਾਓਗੇ। ਅਗਰ ਕਿਸੇ ਵੀ ਅਜਿਹੇ ਕਰਿੰਦੇ ਬਾਰੇ ਤੁਸੀਂ ਜਾਣਦੇ ਹੋ ਕੁਝ ਵੀ ਤਾਂ ਪੁਲਿਸ ਦੇ ਨਾਲ ਜ਼ਰੂਰ ਸਾਂਝਾ ਕਰੂੰਗੇ। ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਗੁਰਬਾਣੀ ਖੰਡਬਾਣੀ ਵਾਸਤੇ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।